ਚਲਦੀ ਟ੍ਰੇਨ ਦੇ ਵਿੱਚ ਇੱਕ ਸ਼ਖਸ ਦਾ ਪੈਰ ਫਿਸਲ ਗਿਆ। ਜਿਉਂ ਹੀ ਉਹ ਰੇਲ ਪਟੜੀ ਤੇ ਡਿੱਗਣ ਲੱਗਾ ਤਾਂ ਰੇਲਵੇ ਪੁਲਿਸ ਫੋਰਸ ਦੇ ਇੱਕ ਮੁਲਾਜ਼ਮ ਨੇ ਮੁਸਤੈਦੀ ਦੇ ਨਾਲ ਉਸ ਨੂੰ ਬਚਾ ਲਿਆ। ਦਿਲ ਨੂੰ ਦਹਿਲਾਉਣ ਵਾਲੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ। ਜ਼ਰਾ ਗੌਰ ਦੇ ਨਾਲ ਦੇਖੋ, ਜੇਕਰ ਮੌਕਾ ਨਾ ਸਾਂਭਿਆ ਜਾਂਦਾ ਤਾਂ ਪਲ ਝਪਕਦਿਆਂ ਇੱਥੇ ਹਾਦਸਾ ਹੋ ਜਾਣਾ ਸੀ। ਤਸਵੀਰਾਂ ਪਟਿਆਲਾ ਦੇ ਰੇਲਵੇ ਸਟੇਸ਼ਨ ਦੀਆਂ ਨੇ, ਜਿੱਥੇ ਇੱਕ ਪਰਿਵਾਰ ਨੂੰ ਰੇਲਵੇ ਸਟੇਸ਼ਨ ਛੱਡਣ ਲਈ ਇੱਕ ਵਿਅਕਤੀ ਟ੍ਰੇਨ ਤੋਂ ਥੱਲੇ ਉਤਰਨ ਲੱਗਾ ਤਾਂ ਉਸਦਾ ਪੈਰ ਫਿਸਲ ਗਿਆ। ਰੇਲ ਚੱਲਦੀ ਰਹੀ ਤਾਂ ਇਹ ਸ਼ਖਸ ਨਾਲ ਹੀ ਲਮਕ ਗਿਆ। ਜਿਉਂ ਹੀ ਲਾਈਨ 'ਤੇ ਡਿੱਗਣ ਲੱਗਾ ਤਾਂ ਪਲੇਟਫਾਰਮ 'ਤੇ ਤੁਰੇ ਆ ਰਹੇ ਮੁਲਾਜ਼ਮ ਨੇ ਇਸ ਨੂੰ ਹੱਥ ਪਾ ਲਿਆ ਅਤੇ ਬੜੀ ਹੀ ਦਲੇਰੀ ਦੇ ਨਾਲ ਇਸ ਨੂੰ ਮੌਤ ਦੇ ਮੂੰਹ ਦੇ ਵਿੱਚੋਂ ਕੱਢ ਲਿਆ। ਇਹ ਸਾਰਾ ਹਾਦਸਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ। ਤਸਵੀਰਾਂ ਪਟਿਆਲਾ ਦੇ ਰੇਲਵੇ ਸਟੇਸ਼ਨ ਦੀਆਂ ਨੇ। ਕਿਸ ਤਰੀਕੇ ਦੇ ਨਾਲ ਪੁਲਿਸ ਦੇ ਮੁਲਾਜ਼ਮ ਨੇ ਮੌਤ ਦੇ ਜਾਲ ਵਿੱਚੋਂ ਕਿਵੇਂ ਇਸ ਸ਼ਖਸ ਨੂੰ ਕੱਢਿਆ, ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਗਵਾਹੀ ਭਰਦੀਆਂ ਨੇ। ਚਲਦੀ ਟ੍ਰੇਨ ਦੇ ਵਿੱਚ ਇੱਕ ਸ਼ਖਸ ਦਾ ਪੈਰ ਫਿਸਲ ਗਿਆ। ਜਿਉਂ ਹੀ ਉਹ ਰੇਲ ਪਟੜੀ 'ਤੇ ਡਿੱਗਣ ਲੱਗਾ ਤਾਂ ਰੇਲਵੇ ਪੁਲਿਸ ਫੋਰਸ ਦੇ ਇੱਕ ਮੁਲਾਜ਼ਮ ਨੇ ਮੁਸਤੈਦੀ ਦੇ ਨਾਲ ਉਸ ਨੂੰ ਬਚਾ ਲਿਆ। ਦਿਲ ਨੂੰ ਦਹਿਲਾਉਣ ਵਾਲੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ। ਜ਼ਰਾ ਗੌਰ ਦੇ ਨਾਲ ਦੇਖੋ, ਜੇਕਰ ਮੌਕਾ ਨਾ ਸਾਂਭਿਆ ਜਾਂਦਾ ਤਾਂ ਪਲ ਝਪਕਦਿਆਂ ਇੱਥੇ ਹਾਦਸਾ ਹੋ ਜਾਣਾ ਸੀ। ਤਸਵੀਰਾਂ ਪਟਿਆਲਾ ਦੇ ਰੇਲਵੇ ਸਟੇਸ਼ਨ ਦੀਆਂ ਨੇ, ਜਿੱਥੇ ਇੱਕ ਪਰਿਵਾਰ ਨੂੰ ਰੇਲਵੇ ਸਟੇਸ਼ਨ ਛੱਡਣ ਲਈ ਇੱਕ ਵਿਅਕਤੀ ਟ੍ਰੇਨ ਤੋਂ ਥੱਲੇ ਉਤਰਨ ਲੱਗਾ ਤਾਂ ਉਸਦਾ ਪੈਰ ਫਿਸਲ ਗਿਆ। ਰੇਲ ਚੱਲਦੀ ਰਹੀ ਤਾਂ ਇਹ ਸ਼ਖਸ ਨਾਲ ਹੀ ਲਮਕ ਗਿਆ। ਜਿਉਂ ਹੀ ਲਾਈਨ 'ਤੇ ਡਿੱਗਣ ਲੱਗਾ ਤਾਂ ਪਲੇਟਫਾਰਮ 'ਤੇ ਤੁਰੇ ਆ ਰਹੇ ਮੁਲਾਜ਼ਮ ਨੇ ਇਸ ਨੂੰ ਹੱਥ ਪਾ ਲਿਆ ਅਤੇ ਬੜੀ ਹੀ ਦਲੇਰੀ ਦੇ ਨਾਲ ਇਸ ਨੂੰ ਮੌਤ ਦੇ ਮੂੰਹ ਦੇ ਵਿੱਚੋਂ ਕੱਢ ਲਿਆ। ਇਹ ਸਾਰਾ ਹਾਦਸਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ। ਤਸਵੀਰਾਂ ਪਟਿਆਲਾ ਦੇ ਰੇਲਵੇ ਸਟੇਸ਼ਨ ਦੀਆਂ ਨੇ। ਕਿਸ ਤਰੀਕੇ ਦੇ ਨਾਲ ਪੁਲਿਸ ਦੇ ਮੁਲਾਜ਼ਮ ਨੇ ਮੌਤ ਦੇ ਜਾਲ ਵਿੱਚੋਂ ਕਿਵੇਂ ਇਸ ਸ਼ਖਸ ਨੂੰ ਕੱਢਿਆ, ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਗਵਾਹੀ ਭਰਦੀਆਂ ਨੇ।